ਬੋਲੇ ਸੋ ਨਿਰਪੈ ਜਗਤ ਗੁਰ ਵਿਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਰਪੈ ਸਤਗੁਰ ਸੁਆਮੀ ਸਰਬੰਦਾਸ ਮਹਾਰਾਜ ਕੀ ਜੈ ਗੁਰੂ ਪੈਰੀ ਸਾਧ ਸੰਗਤ ਜੀਓ ਜਿਵੇਂ ਕਿ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਕਿ ਸਰਕਾਰ ਵੱਲੋਂ ਮਿਤੀ 8 ਜੂਨ ਦਿਨ ਸੋਮਵਾਰ ਤੋਂ ਸਾਰੇ ਹੀ ਧਾਰਮਿਕ ਸਥਾਨ ਖੋਲੇ ਜਾ ਰਹੇ ਨੇ ਪਰ ਸਰਕਾਰ ਵੱਲੋਂ ਬਹੁਤ ਸਾਰੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਨ੍ਹਾਂ ਅਨਸਾਰ ਕਿਸੇ ਵੀ ਧਾਰਮਿਕ ਸਥਾਨ ਦੇ ਵਿੱਚ ਕੋਈ ਵੀ ਸਮਾਗਮ ਨਹੀਂ ਕੀਤਾ ਜਾ ਸਕਦਾ ਸੋ ਡੇਰਾ ਸ਼੍ਰੀ 108 ਸਰਬਨ ਦਾਸ ਜੀ ਸੱਚਖੰਡ ਬੱਲਾ ਵਿਖੇ ਡੇਰੇ ਦੇ ਬਾਨੀ ਮਹਾਂਤ ਪਸਪੀ ਸਤਗੁਰੂ ਸਵਾਮੀ ਸਰਬਨ ਦਾਸ ਮਹਾਰਾਜ ਜੀ ਦਾ ਜੋ 48ਵਾਂ ਵਰਸੀ ਸਮਾਗਮ ਮਿਤੀ 11 ਜੂਨ ਦਿਨ ਵੀਰਵਾਰ ਨੂੰ ਮਨਾਇਆ ਜਾਣਾ ਸੀ ਉਹ ਮਉਤਵੀ ਕੀਤਾ ਜਾਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਜੀਓ ਮਿਤੀ 11 ਜੂਨ ਦਿਨ ਵੀਰਵਾਰ ਨੂੰ ਠੀਕ 6:30 ਵਜੇ ਧੰਨ ਧੰਨ ਸਤਗੁਰੂ ਸ੍ਰੀ ਸਰਬੰਦਾਸ ਮਹਾਰਾਜ ਜੀ ਦੀ ਯਾਦ ਵਿੱਚ ਡੇਰਾ ਸ਼੍ਰੀ 108 ਸੰ ਸਰਬੰਦਾਸ ਜੀ ਸਤਖੰਡ ਬੱਲਾਂ ਦੇ ਮੌਜੂਦਾ ਗੱਦੀ ਨਿਸ਼ੀਨ ਸਤਗੁਰੂ ਸਮਰੰਝਨ ਦਾਸ ਮਹਾਰਾਜੀ ਵੱਲੋਂ ਅੰਮ੍ਰਿਤ ਬਾਣੀ ਦੇ ਜਾਪ ਆਰੰਭ ਕਰਵਾਏ ਜਾਣਗੇ ਜਿਸ ਦਾ ਸਿੱਧਾ ਪ੍ਰਸਾਰਣ YouTube ਉੱਪਰ ਬੱਲਾ ਟੀਵੀ ਚੈਨਲ ਅਤੇ Facebook ਤੇ ਸਤਖੰਡ ਬੱਲਾ ਟੀਵੀ ਚੈਨਲ ਦੁਆਰਾ ਕੀਤਾ ਜਾਵੇਗਾ ਸਾਧ ਸੰਗਤ ਜਿਸ ਤਰ੍ਹਾਂ ਆਪ ਸਭ ਸੰਗਤਾਂ ਨੇ ਅਮਰ ਸਿੰਘ ਸੰਤ ਰਾਮਾਨੰਦ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ 25 ਮਈ 2020 ਨੂੰ ਸਾਰਿਆਂ ਸੰਗਤਾਂ ਨੇ ਆਪੋ ਆਪਣੀ ਘਰਾਂ ਵਿੱਚ ਬੈਠ ਕੇ ਅਮਰਤ ਬਾਣੀ ਦੇ ਜਾਪ ਸਰਵਣ ਕੀਤੇ ਸੋ ਆਪ ਸਭ ਸੰਗਤਾਂ ਨੇ ਹੁਣ ਵੀ ਮਿਤੀ 11 ਜੂਨ ਦੈਨ ਵੀਰਵਾਰ ਨੂੰ ਸਾਰੇ ਸੰਗਤਾਂ ਨੇ ਆਪੋ ਆਪਣੇ ਕਰਾਮ ਵਿੱਚ ਬੈਠ ਕੇ ਜੋ ਬੱਲਾ ਟੀਵੀ ਚੈਨਲ ਦੁਆਰਾ ਅਮਰਤ ਬਾਣੀ ਦੇ ਜਾਪ ਦਾ ਲਾਈਵ ਟੈਲੀਕਾਸਟ ਕੀਤਾ ਜਾਣਾ ਹੈ ਆਪ ਸਭ ਸੰਗਤਾਂ ਨੇ ਕਰਾਮ ਵਿੱਚ ਬੈਠ ਕੇ ਮਹਾਰਾਜ ਜੀ ਦੇ ਦਰਸ਼ਨਦਾਰੀ ਕਰਨੇ ਹਨ ਔਰ ਅਮਰਤ ਬਾਣੀ ਦੇ ਜਾਪ ਸਰਵਣ ਕਰਨੇ ਹਨ ਸੋ ਬਹੁਤ ਬਹੁਤ ਧੰਨਵਾਦ ਜੈਗਰਦੇਵ ਧੰਨ ਗੁਰਦੇਵ